ਮਾਂ ਬਾਈ ਦੇਖ ਲੈ ਇਹਨਾਂ ਦਾ ਵੀ ਜੀਵਨ ਆ ਵਿਚਾਰਿਆਂ ਦਾ, ਹੈਂ ਬਾਈ ਤੁਹਾਨੂੰ ਦਿੱਕਤ ਤਾਂ ਨਹੀਂ ਕੋਈ ਉਰੇ? ਨਹੀਂ ਦਿੱਕਤ ਕਾਹਦੀ, ਕੁਛ ਨਹੀਂ ਕੋਈ, ਹੈਂ ਮੀਂਹ ਮੂੰਹ 'ਚ ਕੋਈ ਪ੍ਰੋਬਲਮ ਨਹੀਂ? ਕੋਈ ਪ੍ਰੋਬਲਮ ਨਹੀਂ। ਕਿੰਨੇ ਜਾਣੇ ਰਹਿੰਦੇ ਹੋ ਤੁਸੀਂ ਉਰੇ? ਵੇਖ ਲਿਆ ਬਾਈ, ਤਿੰਨ। ਅੱਛਾ, ਲੈ ਕੇ ਪੰਜ ਬੱਚਾ ਲੈ ਕੇ। ਤੁਹਾਡੇ ਤੋਂ ਕੋਈ ਪੈਸਾ ਪੂਸਾ ਲੈਂਦਾ ਉਰੇ ਮੰਡੀ ਮੁੰਡੀ ਵਾਲਾ ਕੋਈ? ਆਹ ਬਿਜਲੀ, ਫਿਰ ਬਿਜਲੀ ਕੋਈ ਨਹੀਂ ਬਾਈ। ਆਹ ਤਾਰ ਤਾਂ ਪਾਈ ਵੀ ਆ ਤੁਸੀਂ, ਆਹ ਦੇ ਆਹ। ਇਹ ਬਾਈ ਯਾਰ ਇਹਨਾਂ ਦੇ ਨਾ ਕਰਦੇ ਨਹੀਂ ਹੈਗੇ, ਉਹ ਗਏ ਹੋਏ ਨੇ ਪਤਾ ਨਹੀਂ ਕਿੱਥੇ। ਹਾਂ ਮੈਂ ਤਾਂ ਵੇਖਦਾ। ਹਾਂ ਅੱਛਾ ਨਾ ਨਾ, ਅੱਛਾ ਇਹ ਇਹ ਤਾਰ ਲਾਈ ਵੀ ਹੋਣੀ। ਅੱਛਾ ਆਪਣਾ ਮੀਟਰ ਹੈ, ਇਹਨਾਂ ਦਾ ਮੀਟਰ ਲਾਇਆ ਵਾ ਇਹਨਾਂ ਨੇ, ਇਹਨਾਂ ਦਾ ਮੀਟਰ ਲੱਗਿਆ ਹੋਇਆ। ਠੀਕ ਆ, ਦੇਖੋ ਇਹ ਇਹਨਾਂ ਦੀ ਰਸੋਈ ਆ, ਦੇਖੋ ਵਿਚਾਰਿਆਂ ਦੀ ਨਾਲੇ ਡੰਗਰ ਇੱਧਰ ਦੇਖੋ ਇਹ ਰਸੋਈ। ਹੈਂ ਆਹ ਇੱਥੇ ਇਹ ਰਹਿੰਦੇ ਨੇ ਵਿਚਾਰੇ, ਦੇਖੋ ਇੱਧਰ ਡੰਗਰ ਨੇ, ਆਹ ਦੇਖੋ ਆਹ ਡੰਗਰ ਖੜੇ ਨੇ ਇਹਨਾਂ ਦੇ, ਤੇ ਆਹ ਉਰੇ ਇਹ ਪੈਂਦੇ ਨੇ ਵਿਚਾਰੇ, ਆਹ ਇਹਨਾਂ ਦੀ ਰਸੋਈ ਆ। ਬਾਈ ਪ੍ਰਧਾਨ ਸੁਖਵਿੰਦਰ ਉਰੇ ਤਾਂ ਇੱਕ ਚੀਜ਼ ਦਿਖਾਵਾਂ, ਦੇਖੋ ਅੰਦਰ ਇਹਨਾਂ ਦੇ ਆਹ ਭਾਂਡੇ ਚਣੇ ਮਿਣੇ ਬਾਈ, ਬੜਾ ਘੈਂਟ ਵਾਹ ਜੀ ਵਾਹ, ਚਾਰ ਤਾਂ ਨਿੱਘਾ ਬਹੁਤ ਆ ਬਾਈ। ਅੰਦਰ ਆ ਕੇ ਤਾਂ ਦੇਖ ਇੱਕ ਬੰਦੇ ਨੂੰ ਪਤਾ ਬਾਈ, ਭਾਂਡੇ ਦੇਖ ਭਾਂਡੇ ਦੇਖ, ਭਾਂਡੇ ਕਿੰਨੇ ਨੇ ਇਹਨਾਂ ਕੋਲ ਬਾਈ, ਵਾਹ ਜੀ ਵਾਹ ਯਾਰ। ਮੁਰਗੇ ਅੰਦਰ ਨੇ, ਅੱਛਾ ਚੂਚੇ ਨੇ ਬਾਈ, ਕਮਾਲ ਕਰਤੀ। ਆਹ ਭਾਂਡੇ ਦੇਖ ਲਓ ਇਹਨਾਂ ਕੋਲ ਕਿੰਨੇ ਘੈਂਟ ਰੱਖੇ ਹੋਏ ਨੇ ਭਾਂਡੇ ਬਾਈ। ਇੱਕ ਚੀਜ਼ ਆ ਅੰਦਰ ਸਫਾਈ ਦੇਖ ਲਾ ਕਿੰਨੀ ਆ, ਹੈ ਸੁਖਵਿੰਦਰ ਸਫਾਈ ਦੇਖ ਕਿੰਨੀ ਆ ਅੰਦਰ, ਨਾਲੇ ਡੰਗਰ ਨੇ ਦੇਖ ਲਾ। ਰਾਤ ਨੂੰ ਫਿਰ ਤੁਸੀਂ ਡੰਗਰਾਂ ਦਾ ਧਿਆਨ ਰੱਖਦੇ ਹੋ, ਤੂੰ ਕਾਣਤ ਤਾਂ ਨਹੀਂ ਆਉਂਦੀ ਡੰਗਰਾਂ ਤੋਂ? ਬਹੁਤ ਵਧੀਆ ਯਾਰ, ਬਹੁਤ ਵਧੀਆ ਬਹੁਤ ਵਧੀਆ। ਆਹ ਦੇਖ ਲੈ ਕਿੰਨਾ ਸਾਫ਼ ਆ ਬਾਈ ਉਰੇ, ਆਹ ਕਿੰਨੀ ਸਫਾਈ ਰੱਖੀ ਹੋਈ ਆ ਦੇਖ, ਠੀਕ ਹੈ। ਇਹ ਬੱਚੇ ਪੜ੍ਹਦੇ ਪੁੜਦੇ ਨੀ? ਇਹ ਪੜ੍ਹਦਾ ਮੁੰਡਾ ਬਰਾਸ। ਅੱਛਾ ਬਰਾਸ ਪੜ੍ਹਦਾ ਹੈ, ਮੈਂ ਜੀ ਵਾਹ। ਫਿਰ ਬੱਸ 'ਚ ਜਾਂਦਾ? ਅੱਛਾ ਹੋਸਟਲ 'ਚ ਰਹਿੰਦਾ ਹੈ, ਚੱਲਦਾ ਕਮਾਲ ਗਿਆ। ਦੇਖ ਲਓ ਬਾਈ ਇਹ ਬੱਸ ਜੀ ਬੱਸ, ਧੰਨਵਾਦ। ਆਹ ਜੀਵਨ ਆ ਬਾਈ ਇਹਨਾਂ ਦਾ, ਆਹ ਫਿਰਦੇ ਨੇ ਮੁਰਗੀਆਂ, ਦੇਖ ਲਓ ਆਹ ਜੀਵਨ ਹੈ ਇਹਨਾਂ ਦਾ ਕਿ ਨਹੀਂ ਬਾਈ, ਦੇਖ ਲਓ ਆਹੀ ਕੁਛ ਹੈ ਬਾਈ ਇੱਥੇ। ਆਹ ਦੇਖ ਲਓ ਹੁਣ ਤੁਸੀਂ, ਆਹ ਇਹਨਾਂ ਦਾ ਜੀਵਨ ਹੈ, ਆਹ ਜੀਵਨ ਹੈ ਇਹਨਾਂ ਦਾ ਬਾਈ। ਆਹ ਦੇਖ ਇਹਨਾਂ ਦਾ ਹੀ ਬੰਦਾ ਵਿਚਾਰਾ, ਇਹ ਔਨ ਹੁੰਦਾ ਬਾਈ ਇੱਥੋਂ, ਔਨ ਕਰਕੇ ਦੇਖ ਇੱਥੇ ਔਨ ਕਰਦੇ ਚੱਲ ਪੂਗਾ। ਹਾਂ ਇੱਥੇ ਇਹਨੂੰ ਔਨ ਹੁੰਦਾ ਇਹ ਸ਼ਾਇਦ ਇੱਥੋਂ ਕਿਤੇ ਔਨ ਹੁੰਦਾ, ਉਰੇ ਉੱਪਰ ਹੋਊਗਾ ਕਿਤੇ ਔਨ, ਦੇਖ ਨਾ ਇਹਦੇ 'ਚ ਆ ਔਨ, ਉਹਨਾਂ 'ਚ ਆ ਫਿਰ ਕੋਈ ਚੱਲ ਛੱਡ। ਦੇਖ ਲਓ ਕੋਠੀਆਂ ਕਾਰਾਂ ਇਹਨਾਂ ਨੂੰ, ਇਹਨਾਂ ਦੀ ਇਹੀ ਇਹੀ ਜ਼ਿੰਦਗੀ ਆ ਬਾਈ, ਇਹਨਾਂ ਦੀ ਵੀ ਲੰਘ ਜਾਣੀ ਆ। ਦੇਖ ਲਓ ਇਹਨਾਂ ਕੋਲ ਕੋਈ ਆਪਣੀ ਜਗ੍ਹਾ ਨਹੀਂ, ਕੋਈ ਇਹਨਾਂ ਨੂੰ ਇਹ ਨਹੀਂ ਵੀ ਡੰਗਰਾਂ ਨੂੰ ਖਾਣ ਨੂੰ ਕੋਈ ਕੋਈ ਹਰਾ ਕੋਈ ਕਿਤੇ ਨਹੀਂ ਹੈਗਾ ਵੀ ਹਾਂ ਅਸੀਂ ਵੱਢ ਕੇ ਲਿਆਉਣਾ ਹੈ। ਇੱਥੇ ਵਿਚਾਰੇ ਆ ਪਰਾਲੀ ਪਈ ਆ, ਉਹੀ ਡੰਗਰਾਂ ਨੂੰ ਪਾਈ ਜਾਂਦੇ ਨੇ ਪਰਾਲੀ, ਉਹ ਪਏ ਬਸ ਉਹੀ ਹੈ। ਦੇਖ ਲਾ ਸਾਰਾ ਕੁਛ ਇਹਨਾਂ ਦਾ ਜੀਵਨ, ਦੇਖੋ ਪੈਸੇ ਵਾਹ ਨੂੰ ਮੈਂ ਕਹਿੰਦਾ ਇਹਨਾਂ ਦਾ ਜੀਵਨ ਸਟਰਗਲ ਬਹੁਤ ਹੈ,
ਸਟਰਗਲ ਬਹੁਤ ਆ ਆਪਣੇ ਘਰ ਦੇ, ਫਿਰ ਵੀ ਰੱਬ ਤੋਂ ਉਹ ਗੱਲਾਂ ਮੰਗਦੇ ਆ। ਹਾਂ ਹੋਰ ਦੇਖੋ ਸਾਰਾ ਕੁਝ ਆਪਣੇ ਕੋਲ ਸਾਰਾ ਕੁਝ ਹੋਣ ਦੇ ਬਾਵਜੂਦ ਵੀ ਲੋਕ ਫੇਰ ਵੀ, ਹਾਂ ਫੇਰ ਵੀ ਆਪਣੇ ਲੋਕ ਇਹ ਕਹਿਣਗੇ ਵੀ ਯਾਰ ਨਹੀਂ ਸਾਲਾ ਸਵਾਦ ਜਾ ਨਹੀਂ ਆਵਾ, ਹੈ ਨਾ। ਨਾਲੇ ਸਾਰੀਆਂ ਸਹੂਲਤਾਂ ਨੇ ਆਪਣੇ ਕੋਲ, ਇਹਨਾਂ ਕੋਲ ਵਿਚਾਰਿਆਂ ਕੋਲ ਕੋਈ ਵੀ ਸਹੂਲਤ ਨਹੀਂ, ਨਾ ਕੋਈ ਬਿਜਲੀ ਦੀ ਵੀ ਪਾਲ ਰਹੇ ਨੇ, ਸਾਰਾ ਕੁਛ ਹੈ। ਦੇਖੋ ਪਤਾ ਨਹੀਂ ਬਾਈ ਮਹਾਰਾਜ ਇਹ ਸਾਡੇ ਸਰਹੰਦ ਦੀ ਮੰਡੀ ਹੈ, ਮੰਡੀ ਦੇ ਬੈਕ ਸਾਈਡ 'ਤੇ ਇਹ ਵਿਚਾਰੇ ਬੈਠੇ ਨੇ। ਚਲੋ ਠੀਕ ਹੈ ਜੀ, ਕਹਿਣਾ ਵਧੀਆ ਖਾਣਾ ਵਧੀਆ ਕੱਪੜੇ ਪਾਉਣੇ। ਹੁਣ ਇਹ ਦੇਖ ਲਓ ਤੁਸੀਂ ਲੋਕ, ਇਹਨਾਂ ਦਾ ਵਿਚਾਰਿਆਂ ਦਾ ਉੱਪਰ ਛੱਪੜ ਪਾਇਆ ਹੋਇਆ ਅਤੇ ਨਾਲ ਇਹ ਡੰਗਰ ਨੇ ਬੰਨੇ ਹੋਏ। ਹੁਣ ਇਹ ਇਹ ਵੀ ਆਪਣੀ ਜ਼ਿੰਦਗੀ ਤੋਂ ਫਿਰ ਵੀ ਖੁਸ਼ ਨਹੀਂ। ਹੁਣ ਆਪਣੇ ਵਿਚਾਰੇ ਲੋਕ ਨਾਲੇ ਉਹਨਾਂ ਕੋਲ ਸਭ ਕੁਛ ਹੁੰਦਾ ਪਰ ਉਹ ਜ਼ਿੰਦਗੀ 'ਚ ਫਿਰ ਵੀ ਦੁਖੀ ਨੇ। ਇਹੀ ਚੀਜ਼ ਆਈ ਪਰਮਾਤਮਾ ਨੇ ਜੋ ਦਿੱਤਾ ਨਾ ਉਹਦੇ 'ਚ ਰਹਿਣਾ, ਬੰਦੇ ਨੂੰ ਖੁਸ਼ ਰਹਿਣਾ ਚਾਹੀਦਾ ਜੋ ਉਹਨੇ ਦਿੱਤਾ, ਬਸ ਉਹਦੇ 'ਚ ਖੁਸ਼ੀ ਸੰਤੁਸ਼ਟੀ ਹੋਣੀ ਚਾਹੀਦੀ ਆ ਬੰਦੇ ਨੂੰ, ਕਿਉਂਕਿ ਕਦੇ ਇਨਸਾਨ ਰੱਜਦਾ ਨਹੀਂ ਕਦੇ ਵੀ, ਚਾਹੇ